ਨੇੜੇ ਵਾਲੀ ਵੀ 5 ਇੰਚ ਵੀ 5 ਇੰਚ ਨਾ ਆਹੋ ਮੈਨੂੰ ਪੰਜ ਸੌ ਲਿਆ ਮੇਰੇ ਕੋਲ ਤਾਂ ਪਹਿਲੇ ਹੀ 19 ਰੋਜ਼ ਰੋਜ਼ੀ ਤੇ ਗੁਲਾਬ ਫਿਲਮ ਦੀ ਬਿਹਾਈਂਡ ਦਾ ਸੀਨਸ ਵੀਡੀਓ ਆਈ ਸਾਹਮਣੇ। ਜੀ ਹਾਂ, ਰੀਸੈਂਟਲੀ ਇੱਕ ਨਵੀਂ ਬਿਹਾਈਂਡ ਦਾ ਸੀਨਸ ਵੀਡੀਓ ਸਾਹਮਣੇ ਆਈ ਹੈ ਫਿਲਮ ਰੋਜ਼ ਰੋਜ਼ੀ ਤੇ ਗੁਲਾਬ ਤੋਂ। ਇਸ BTS ਵੀਡੀਓ ਦੇ ਵਿੱਚ ਸਾਨੂੰ ਫਿਲਮ ਦੀ ਸਟਾਰ ਕਾਸਟ, ਫਿਲਮ ਦੀ ਕਰਿਊ, ਯਾਨੀ ਕਿ ਫਿਲਮ ਦੀ ਟੀਮ ਹੈ ਜਿਹੜੀ, ਉਹ ਇੰਜੋਏ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਨਾਲ ਹੀ ਆਪਣੇ ਕੰਮ ਦੇ ਉੱਤੇ, ਇਸ ਫਿਲਮ ਦੀ ਮੇਕਿੰਗ ਦੇ ਉੱਤੇ ਕਾਫੀ ਜ਼ਿਆਦਾ ਲਗਨ ਦੇ ਨਾਲ ਮਿਹਨਤ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ। ਇਸ ਵੀਡੀਓ ਦੇ ਵਿੱਚ ਅਸੀਂ ਗੁਰਨਾਮ ਭੁੱਲਰ ਨੂੰ ਵੀ ਵੇਖ ਸਕਦੇ ਹਾਂ ਤੇ ਨਾਲ ਹੀ ਫਿਲਮ ਦੀ ਜਿਹੜੀ ਟੀਮ ਹੈ ਉਸਨੂੰ ਵੀ ਦੇਖ ਸਕਦੇ ਹਾਂ। ਦੱਸ ਦਈਏ ਕਿ ਲੋਕਾਂ ਦੇ ਵੱਲੋਂ ਇਸ ਵੀਡੀਓ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਆਡੀਅੰਸ ਦੇ ਵੱਲੋਂ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਕਾਫੀ ਸ਼ੇਅਰਿੰਗ ਵੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਜੇਕਰ ਅਸੀਂ ਗੱਲ ਕਰੀਏ ਇਸ ਫਿਲਮ ਦੇ ਕ੍ਰੈਡਿਟਸ ਦੀ ਤੇ ਸਾਨੂੰ ਫਿਲਮ ਦੇ ਵਿੱਚ ਗੁਰਨਾਮ ਭੁੱਲਰ, ਮਾਹੀ ਸ਼ਰਮਾ ਤੇ ਪ੍ਰਾਂਜਲ ਦਹੀਆ ਮੇਨ ਲੀਡਸ ਪਲੇ ਕਰਦੇ ਹੋਏ ਨਜ਼ਰ ਆਉਣ ਵਾਲੇ ਨੇ। ਸੋ ਲੋਕਾਂ ਦੇ ਵੱਲੋਂ ਇਸ ਫਿਲਮ ਨੂੰ ਕਾਫੀ ਬੇਸਬਰੀ ਦੇ ਨਾਲ ਉਡੀਕਿਆ ਜਾ ਰਿਹਾ ਹੈ। ਇੱਕ ਲਵ ਟ੍ਰਾਇੰਗਲ ਸਾਨੂੰ ਫਿਲਮ ਦੇ ਵਿੱਚ ਵੇਖਣ ਨੂੰ ਮਿਲਣ ਵਾਲਾ ਹੈ ਤੇ ਦੱਸ ਦਈਏ ਕਿ ਫਿਲਮ ਦਾ ਕਾਫੀ ਜ਼ਿਆਦਾ ਕਰੇਜ਼ ਵੀ ਹੈ ਤੇ ਫਿਲਮ ਦੇ ਪ੍ਰਮੋਸ਼ਨਸ ਵੀ ਕਾਫੀ ਜ਼ੋਰਾਂ ਸ਼ੋਰਾਂ ਨਾਲ ਕੀਤੇ ਜਾ ਰਹੇ ਨੇ। ਇਸ ਫਿਲਮ ਦੀ ਕਹਾਣੀ ਨੂੰ ਪ੍ਰੀਤ ਸੰਘਰੇੜੀ ਹੋਰਾਂ ਵੱਲੋਂ ਲਿਖਿਆ ਗਿਆ ਹੈ ਤੇ ਜੇਕਰ ਡਾਇਰੈਕਸ਼ਨ ਦੀ ਗੱਲ ਕਰੀਏ ਤੇ ਰੋਜ਼ ਰੋਜ਼ੀ ਤੇ ਗੁਲਾਬ ਫਿਲਮ ਨੂੰ ਡਾਇਰੈਕਟ ਕੀਤਾ ਹੈ ਮਨਵੀਰ ਬਰਾੜ ਨੇ। ਇਹ ਵੀ ਦੱਸ ਦਈਏ ਕਿ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਆਸ਼ੂ ਮਨੀਸ਼ ਸਾਹਨੀ ਤੇ ਗੁਰਨਾਮ ਭੁੱਲਰ, ਯਾਨੀ ਕਿ ਇਸ ਫਿਲਮ ਨੂੰ ਪ੍ਰੈਜ਼ੈਂਟ ਕਰ ਰਹੇ ਨੇ ਓਮਜੀ ਸਿਨੇ ਵਰਲਡ ਐਂਡ ਡਾਇਮੰਡ ਸਟਾਰ ਵਰਲਡ ਵਾਈਡ। ਇਹਨਾਂ ਬੈਨਰਸ ਦੇ ਹੇਠ ਫਿਲਮ ਰਿਲੀਜ਼ ਹੋਣ ਵਾਲੀ ਹੈ। ਦਰਸ਼ਕਾਂ ਨੂੰ ਇਹ ਫਿਲਮ ਕਾਫੀ ਜ਼ਿਆਦਾ ਪਸੰਦ ਆਏਗੀ ਕਿਉਂਕਿ ਫਿਲਮ ਦੇ ਟੀਜ਼ਰ, ਟ੍ਰੇਲਰ ਨੂੰ ਤੇ ਫਿਲਮ ਦੇ ਮਿਊਜ਼ਿਕ ਨੂੰ ਕਾਫੀ ਜ਼ਿਆਦਾ ਪਿਆਰ ਮਿਲ ਰਿਹਾ, ਜਿਸ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹ ਫਿਲਮ ਲੋਕਾਂ ਨੂੰ ਕਾਫੀ ਜ਼ਿਆਦਾ ਪਸੰਦ ਆਉਣ ਵਾਲੀ ਹੈ। ਸੋ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਦੱਸ ਸਕਦੇ ਹੋ। ਤੁਹਾਨੂੰ ਇਸ ਫਿਲਮ ਤੋਂ ਕੀ ਐਕਸਪੈਕਟੇਸ਼ਨਸ ਨੇ ਇਹ ਵੀ ਕਮੈਂਟ ਕਰਕੇ ਦੱਸ ਸਕਦੇ ਹੋ। ਮਾਹੀ ਸ਼ਰਮਾ, ਗੁਰਨਾਮ ਭੁੱਲਰ ਤੇ ਪ੍ਰਾਂਜਲ ਦਹੀਆ ਨੂੰ ਇਕੱਠਿਆਂ ਸਕਰੀਨਸ ਤੇ ਵੇਖਣ ਲਈ ਕਿੰਨੇ ਐਕਸਾਈਟਡ ਹੋਏ ਵੀ ਕਮੈਂਟ ਕਰਕੇ ਬਿਲਕੁਲ ਦੱਸਣਾ ਨਾ ਭੁੱਲਣਾ। ਤੇ ਦੱਸ ਦਈਏ ਕਿ ਰੋਜ਼ ਰੋਜ਼ੀ ਤੇ ਗੁਲਾਬ ਦੇ ਵਿੱਚੋਂ, ਯਾਨੀ ਕਿ ਇਹਨਾਂ ਤਿੰਨਾਂ ਦੇ ਕੈਰੈਕਟਰਸ ਦੇ ਵਿੱਚੋਂ ਤੁਹਾਡਾ ਫੇਵਰੇਟ ਕੈਰੈਕਟਰ ਕਿਹੜਾ ਹੈ ਇਹ ਵੀ ਕਮੈਂਟ ਏਰੀਆ ਦੇ ਵਿੱਚ ਸ਼ੇਅਰ ਕਰ ਸਕਦੇ ਹੋ। ਸੋ ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇੰਨਾ ਹੀ। ਇਸ ਤੋਂ ਇਲਾਵਾ ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ, ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਇਸ ਫਿਲਮ ਨਾਲ ਜੁੜੀਆਂ ਹੋਰ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ। ਧੰਨਵਾਦ।